ਲਾਈਟ ਆਫ ਨੇਸ਼ਨ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ। ਮੈਂ ਹਰੀਪੁਰ ਰਾਜਾ। ਜਿਵੇਂ ਕਿ ਸਾਰੇ ਜਾਣਦੇ ਹੋ ਕਿ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ 'ਚ ਪੰਜਾਬ ਸਰਕਾਰ ਨੇ ਉਹਨਾਂ ਸਾਰੇ ਸ਼ਹਿਰਾਂ ਦਾ ਸੁੰਦਰੀਕਰਨ ਕਰਨਾ ਸ਼ੁਰੂ ਕੀਤਾ ਹੈ ਜਿਨ੍ਹਾਂ ਸ਼ਹਿਰਾਂ ਨੂੰ ਬਾਬੇ ਨਾਨਕ ਦੇ ਚਰਨ ਛੋਹ ਪ੍ਰਾਪਤ ਹੈ। ਉਸ ਲਿਹਾਜ਼ ਨਾਲ ਦੇਖੀਏ ਤਾਂ ਸ਼ਹਿਰ ਬਟਾਲਾ ਅਵਲ ਆਉਂਦਾ ਹੈ ਕਿਉਂਕਿ ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ 16 ਘਰ ਹੈ। ਪਰ ਬਟਾਲਾ ਪ੍ਰਸ਼ਾਸਨ ਲਗਾਤਾਰ ਅਣਗਹਿਲੀਆਂ ਵਰਤ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਆਟੋਮੋਬਾਈਲ ਐਸੋਸੀਏਸ਼ਨ ਬਟਾਲਾ ਪ੍ਰਧਾਨ ਬਿੱਟੂ ਯਾਦਵ ਦੀ ਅਗਵਾਈ 'ਚ ਪੰਜਾਬ ਸਰਕਾਰ ਅਤੇ ਬਟਾਲਾ ਪ੍ਰਸ਼ਾਸਨ ਦਾ ਸਾਂਝੇ ਤੌਰ 'ਤੇ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਹਲਕਾ ਬਟਾਲਾ ਪ੍ਰਧਾਨ ਵਿਜੇ ਤਰੇਨ ਔਰ ਇੰਦਰ ਸੇਖੜੀ ਜਿਹੜੇ ਕਿ ਉਪ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਓਮ ਪ੍ਰਕਾਸ਼ ਪ੍ਰਧਾਨ ਪ੍ਰਜਾਪਤੀ ਸਮਾਜ ਦੇ ਨਾਲ ਨਾਲ ਰਾਜੀਵ ਮਹਾਜਨ ਸਿਵ ਸੈਨਾ ਸਮਾਜਵਾਦੀ ਪਾਰਟੀ ਆਪਣੇ ਸਮਰਥਕਾਂ ਨਾਲ ਪਹੁੰਚੇ। ਸਾਰੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਤੋਂ ਲੈ ਕੇ ਸਿਟੀ ਰੋਡ ਤੱਕ ਜੇ ਸੜਕ ਦਾ ਨਿਰਮਾਣ ਹੋ ਰਿਹਾ ਉਹ ਬਿਨਾਂ ਕਿਸੇ ਪਲੈਨਿੰਗ ਤੋਂ ਹੋ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਸੜਕ ਜਿਹੜੀ 2-2 ਫੁੱਟ ਉੱਚੀ ਕੀਤੀ ਜਾ ਰਹੀ ਹੈ ਜਿਹਦੇ ਨਾਲ ਇਹ ਨੁਕਸਾਨ ਹੋਏਗਾ ਕਿ ਗੰਦਾ ਪਾਣੀ ਜਿਹੜਾ ਜਾਂ ਬਰਸਾਤੀ ਪਾਣੀ ਜਿਹੜਾ ਉਹ ਘਰਾਂ ਔਰ ਦੁਕਾਨਾਂ ਵਿੱਚ ਦਾਖਲ ਹੁੰਦਾ ਜਿਹਨਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧ 'ਚ ਬੀਤੇ ਦਿਨ ਉਹਨਾਂ SDM ਬਟਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਅੱਜ ਬਿੱਟੂ ਯਾਦਵ ਪ੍ਰਧਾਨ ਦਾ ਇਹ ਸਪਸ਼ਟ ਕਹਿਣਾ ਸੀ ਕਿ ਜੇ ਅਜੇ ਵੀ ਪ੍ਰਸ਼ਾਸਨ ਨੇ ਇਸ ਸਾਰੀ ਸੜਕ ਦਾ ਨਿਰਮਾਣ ਇੱਕ ਪਲੈਨਿੰਗ ਦੇ ਤੌਰ 'ਤੇ ਨਾ ਸ਼ੁਰੂ ਕੀਤਾ ਤਾਂ ਉਹ ਸਾਰੇ ਦੁਕਾਨਦਾਰਾਂ ਨੂੰ ਕਹਿਣਗੇ ਕਿ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਜਿਹੜੀਆਂ ਪ੍ਰਸ਼ਾਸਨ ਦੇ ਹਵਾਲੇ ਕਰ ਦੇਣ ਤਾਂ ਉਹ ਇਸ ਗੰਦਗੀ ਦੇ ਮਾਹੌਲ ਵਿੱਚ ਉਹ ਹੋਰ ਨਹੀਂ ਜੀ ਸਕਦੇ। ਉਹਨਾਂ ਸਪਸ਼ਟ ਕਹਿਣਾ ਸੀ, ਪ੍ਰਸ਼ਾਸਨ ਤੋਂ ਮੰਗ ਸੀ ਕਿ ਪ੍ਰਸ਼ਾਸਨ ਇਸ ਸੜਕ ਨੂੰ ਇੱਕ ਬਕਾਇਦਾ ਪਲੈਨਿੰਗ ਦੇ ਰੂਪ ਵਿੱਚ ਤਿਆਰ ਕਰੇ। ਧੰਨਵਾਦ। ਇੰਦਰ ਸੇਖੜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਬਟਾਲਾ, ਅੱਜ ਆਪਣੇ ਸਾਥੀਆਂ ਨਾਲ, ਆਪਣੇ ਬ੍ਰਦਰ ਬਿੱਟੂ ਨਾਲ ਜਿਹੜੇ ਕਿ ਪ੍ਰਧਾਨ ਨੇ ਇੱਥੇ ਬਟਾਲਾ ਆਟੋਮੋਬਾਈਲ ਐਸੋਸੀਏਸ਼ਨ ਦੇ, ਉਹਨਾਂ ਦੇ ਸਮਰਥਨ ਲਈ ਮੈਂ ਇੱਥੇ ਆਇਆ ਜਿਨ੍ਹਾਂ ਨੇ ਆਪਣੀ ਦੁੱਖ ਤਕਲੀਫ ਦੱਸੀ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਿਨਾਂ ਪਲੈਨਿੰਗ ਕੀਤੇ ਹੋਇਆ ਇੱਥੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਜਿਹਦੇ ਕਰਕੇ ਇਹਨਾਂ ਦੀ ਆਲੇ ਦੁਆਲੇ ਦੀਆਂ ਸੜਕਾਂ ਜਿਹੜੀਆਂ ਦੁਕਾਨਾਂ ਨੇ ਉਹ ਸਾਰੀਆਂ ਨੀਵੀਆਂ ਹੋ ਜਾਣਗੀਆਂ ਔਰ ਉਹਦੇ ਨਾਲ ਜਿਹੜਾ ਹੈ ਉਹਨਾਂ ਦੇ ਦੁਕਾਨਾਂ ਦੇ ਵਿੱਚ ਬਰਸਾਤ ਦਾ ਪਾਣੀ, ਰਸੀਵਰੇ ਦਾ ਪਾਣੀ ਜਾਣ ਨਾਲ ਉਹਨਾਂ ਨੂੰ ਕੰਮ ਕਰਨ ਦੀ ਬੜੀ ਤਕਲੀਫ ਹੋਏਗੀ। ਇਹ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇੱਥੇ ਕੈਪਟਨ ਸਾਹਿਬ CM ਪੰਜਾਬ ਜਿਹੜੇ ਆ ਰਹੇ ਨੇ 24 ਤਰੀਕ ਨੂੰ ਔਰ ਉਹਨਾਂ ਨੇ ਇੱਥੇ ਵੱਡੇ ਵੱਡੇ ਐਲਾਨ ਕਰਨੇ ਨੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ। ਮੈਂ ਇਹ ਗੱਲ ਪੰਜਾਬ ਸਰਕਾਰ ਦੇ ਸਾਹਮਣੇ ਰੱਖਣੀ ਚਾਹੁੰਦਾ ਕਿ ਸਾਡਾ ਜਿਹੜਾ ਸੀਵਰੇਜ ਦਾ ਜਿਹੜਾ ਤੁਸੀਂ 168 ਕਰੋੜ 170 ਕਰੋੜ ਦਾ ਟੈਂਡਰ ਲਵਾ ਕੇ ਸ਼ਹਿਰੀ ਡਿਵੈਲਪਮੈਂਟ ਵਾਸਤੇ ਤੁਸੀਂ ਲਾਇਆ ਉਹਦੇ ਵਿੱਚ ਰੇਨ ਵਾਟਰ ਡਿਸਪੋਜ਼ਲ ਦਾ ਕੋਈ ਡਿਸਪੋਜ਼ਲ ਸਿਸਟਮ ਨਹੀਂ ਹੈ। ਕੋਈ ਵੀ ਸ਼ਹਿਰ ਜਿਹੜਾ ਜਿਸ 'ਤੇ 200-300 ਕਰੋੜ 400 ਕਰੋੜ ਰੁਪਏ ਦਾ ਖਰਚਾ ਹੋਣਾ ਉਹ ਜਿੱਥੇ ਮੁੜ ਕੇ ਰੇਨ ਵਾਟਰ ਦੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਅਗਰ ਇੰਤਜ਼ਾਮ ਨਹੀਂ ਹੋਏਗਾ ਕਿ ਜਿਹੜੇ ਪੈਸੇ ਡਿਵੈਲਪਮੈਂਟ 'ਚ ਲੱਗਣਗੇ ਉਹ ਫਿਰ ਅਗਲੇ 5 ਸਾਲਾਂ 'ਚ ਆਉਣ ਦੇ ਵਿੱਚ ਉਹ ਫਿਰ ਉਹ ਮਿੱਟੀ ਹੋ ਜਾਂਦੀ। ਇਸ ਕਰਕੇ ਮੇਰੀ ਇਹ ਪੰਜਾਬ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮੈਂ ਦੱਸਣਾ ਚਾਹੁੰਦਾ ਔਰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਜਦੋਂ ਕੋਈ ਪਲੈਨਿੰਗ ਕਰਦੇ ਹੋ ਬਟਾਲੇ ਸ਼ਹਿਰ ਦੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਿਆਰੀ ਕਰਵਾਓ ਤਾਂ ਕਿ ਜਿਹੜਾ ਪੈਸਾ ਇਸ ਸ਼ਹਿਰ ਦੀ ਡਿਵੈਲਪਮੈਂਟ ਉਸ ਲੱਗੇ ਅਗਲੇ ਆਉਣ ਵਾਲੇ 50 ਸਾਲਾਂ ਦੇ ਵਿੱਚ ਉਹਦੇ ਕਰਕੇ ਲੋਕਾਂ ਨੂੰ ਉਹਦੀ ਸਹੂਲੀਅਤ ਮਿਲੇ ਨਾ ਕਿ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਹੋਵੇ ਕਿ ਜਿਹੜਾ ਕੋਈ ਪੈਸਾ ਲੱਗਾ ਉਹ 5 ਸਾਲਾਂ 'ਚ ਫਿਰ ਮਿੱਟੀ ਹੋ ਜਾਵੇ। ਮੈਂ ਇੱਕ ਵਾਰੀ ਫਿਰ ਆਪਣੇ ਸਾਥੀਆਂ ਦਾ ਸਮਰਥਨ ਕਰਦੇ ਹੋਇਆ ਪੰਜਾਬ ਸਰਕਾਰ ਕੋਲ ਡਿਮਾਂਡ ਰੱਖਦਾ ਕਿ ਜਿਹੜੀ ਸੜਕ ਹੈ ਇਹਨਾਂ ਦੀ ਤਸੱਲੀ ਦੇ ਨਾਲ ਹੀ ਬਣਾਈ ਜਾਣੀ ਚਾਹੀਦੀ ਹੈ, ਇਹ 'ਚ ਸੀਵਰੇਜ ਪੈਣਾ ਚਾਹੀਦਾ, ਇੱਥੇ ਰੇਨ ਵਾਟਰ ਡਿਸਪੋਜ਼ਲ ਹੋਣੀ ਚਾਹੀਦੀ ਹੈ, ਫਿਰ ਹੀ ਇਹ ਸੜਕ ਦਾ ਨਿਰਮਾਣ ਹੋਣਾ ਚਾਹੀਦਾ। ਜੈ ਮੈਂ ਲੋਕ ਜਨਤਾ ਪਾਰਟੀ ਹਲਕਾ ਪ੍ਰਧਾਨ ਬਟਾਲਾ ਵਿਜੇ ਤਰੇਨ ਅੱਜ ਜਨਤਾ ਦੇ ਨਾਲ ਖੜੇ ਹੋਣਾ ਪਿਆ ਜਦੋਂ ਕਿ ਜਨਤਾ ਸੜਕਾਂ ਦੇ ਵਿੱਚ ਖਲੋ ਗਈ ਕਿ ਸੜਕ ਇੱਕ ਬੰਦੀ ਸੀਗੀ ਜਿਹੜੀ ਫੁਹਾਰਾ ਚੌਂਕ ਤੋਂ ਲੀਕ ਵਾਲੇ ਤਲਾਅ ਨੂੰ ਜਾਂਦੀ ਹੈ
ਇਹ ਸੜਕ ਦਾ ਲੈਵਲ ਜਿਹੜਾ 2 ਫੁੱਟ ਉੱਚਾ ਕਰ ਰਹੇ ਨੇ, ਜਦਕਿ ਸੜਕ ਦਾ ਪਹਿਲਾਂ ਹੀ ਲੈਵਲ ਉੱਚਾ ਹੈ। ਪਾਣੀ ਜਿਹੜਾ ਉਹ ਦੁਕਾਨਦਾਰ ਭਰਾਵਾਂ ਨੂੰ ਪਹਿਲਾਂ ਹੀ ਤੰਗ ਬਹੁਤ ਪਰੇਸ਼ਾਨੀ ਹੁੰਦੀ ਹੈ, ਜਦੋਂ ਬਾਰਿਸ਼ ਆਉਂਦੀ ਹੈ ਸੀਵਰੇਜ ਦਾ ਪਾਣੀ ਉੱਥੇ ਰੁਕਿਆ ਰਹਿੰਦਾ, ਅਤੇ ਜੇ 1.5 ਫੁੱਟ ਹੋਰ 2 ਫੁੱਟ ਉੱਚਾ ਕਰ ਦੇਣਗੇ ਤਾਂ ਬਿਲਕੁਲ ਨਹੀਂ ਡੁੱਬ ਜਾਣਗੇ ਦੁਕਾਨਦਾਰ। ਇਸ ਕਰਕੇ ਨੇ ਦੁਕਾਨਦਾਰ ਵੀਰਾਂ ਨਾਲ ਖੜ੍ਹੇ ਹਾਂ ਅਤੇ ਪ੍ਰਸ਼ਾਸਨ ਪਹਿਲਾਂ ਇਹਨੂੰ ਪੂਰੀ ਤਾਣਬੀਣ ਕਰੇ, ਇਹ ਵੀ ਬਕਾਇਦਾ ਜ਼ਿੰਮੇਵਾਰੀ ਨਾਲ ਤਾਣਬੀਣ ਕਰਕੇ ਫਿਰ ਇਹਦਾ ਨਿਰਣਾ ਕੱਢ ਕੇ ਇੱਥੇ ਸੀਵਰੇਜ ਪੈਂਦਾ ਤਾਂ ਪਹਿਲਾਂ ਸੀਵਰੇਜ ਪਾਉਣ, ਫਿਰ ਇੱਥੇ ਸੜਕ ਬਣਾਈ ਜਾਵੇ। ਇਹਨਾਂ ਦੇ ਨਾਲ ਖੜ੍ਹੇ ਆ ਲੋਕ ਇਨਸਾਫ ਪਾਰਟੀ ਖੜ੍ਹੀ ਹੈ, ਸਰਦਾਰ ਸਿਮਰਜੀਤ ਸਿੰਘ ਬੈਂਸ ਸਾਡੇ ਪਾਰਟੀ ਦੇ ਪ੍ਰਧਾਨ ਖੜ੍ਹੇ ਆ, ਜੇ ਇਹਨਾਂ ਨੂੰ ਲੋੜ ਪਏਗੀ ਤਾਂ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਲੋੜ ਪਏਗੀ ਮੈਂ ਬਟਾਲੇ ਆ ਕੇ ਬਕਾਇਦਾ ਪ੍ਰਸ਼ਾਸਨ ਦੇ ਖਿਲਾਫ ਆਪਾਂ ਚੱਲਾਂਗੇ, ਕਿਉਂਕਿ ਇਹਦਾ ਮਤਲਬ ਇਹ ਨਹੀਂ ਕਿ ਪ੍ਰਸ਼ਾਸਨ ਆਪਣੀ ਜੋ ਮਰਜ਼ੀ ਕਰੀ ਜਾਵੇ। ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਨਾ ਕਿ ਕੁਰਸੀਆਂ 'ਤੇ ਵਿਹਲੇ ਬਹਿ ਕੇ ਅਤੇ ਜਾਣਾ ਅਤੇ ਆਪਣਾ ਟਾਈਮ ਦੇਖਿਆ ਅਤੇ ਟਾਈਮ ਦੇ ਹਿਸਾਬ ਨਾਲ ਵਾਪਸ ਚਲੇ ਗਏ। ਇਸ ਤਰ੍ਹਾਂ ਬਿਲਕੁਲ ਕਤਾਈ ਨਹੀਂ ਹੋਏਗੀ, ਜਿੱਥੇ ਪ੍ਰਸ਼ਾਸਨ ਗਲਤ ਕਰੇਗਾ ਉਹਦੀ ਗਲਤੀ ਹੋਏਗੀ। ਜਨਤਾ ਬਟਾਲੇ ਦੀ, ਪੰਜਾਬ ਦੀ ਪੂਰੀ ਟੀਮ, ਲੋਕ ਇਨਸਾਫ ਪਾਰਟੀ, ਸਰਦਾਰ ਸਿਮਰਜੀਤ ਸਿੰਘ ਬੈਂਸ ਸਾਡੇ ਪ੍ਰਧਾਨ ਜੀ ਇੱਥੇ ਆ ਕੇ ਮੋਢੇ ਨਾਲ ਮੋਢਾ ਲਊ। ਮੈਂ ਮਿੱਤਰ ਯਾਦਵ, ਆਟੋਮੋਬਾਈਲ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਹੋਣ ਦੇ ਨਾਤੇ ਅਸੀਂ ਪ੍ਰਸ਼ਾਸਨ ਨੂੰ ਪੀਓ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਕਿ ਸੜਕ ਜਦੋਂ ਇਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਠੇਕੇਦਾਰ ਨੇ, ਉਹਦਾ ਲੈਵਲ ਜਿਹੜਾ ਤਾਂ ਬਹੁਤ ਉੱਚਾ ਕੀਤਾ ਜਾ ਰਿਹਾ ਸੀ, ਜਿਸ ਦੇ ਵਿਰੋਧ ਵਿੱਚ ਆਪਾਂ ਪੀਓ ਸਾਹਿਬ ਨੂੰ ਮਿਲੇ ਕਿ ਸਾਡੀਆਂ ਦੁਕਾਨਾਂ ਜਿਹੜੀਆਂ ਨਾ ਅੱਗੇ ਸੜਕ ਦੇ ਲੈਵਲ 'ਤੇ ਆ, ਉਹ ਸੜਕ ਉੱਚੀ ਹੋਣ ਦੇ ਕਾਰਨ ਸਾਡੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਤਾਂ ਈਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਸੀਗਾ ਕਿ ਇਹ ਉਸੇ ਲੈਵਲ 'ਤੇ ਬਣਾਈ ਜਾਏਗੀ, ਤਾਂ ਉਹ ਕੰਮ ਜਿਹੜਾ ਨਾ ਉਸੇ ਤਰ੍ਹਾਂ ਹੀ ਜਾਰੀ ਸੀਗਾ ਠੇਕੇਦਾਰ ਵੱਲੋਂ। ਤਾਂ ਉਸ ਤੋਂ ਬਾਅਦ ਆਪਾਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ, ਤਾਂ ਐਸ ਡੀ ਐਮ ਸਾਹਿਬ ਕੋਲੋਂ ਫੋਨ ਵੀ ਕਰਵਾਇਆ ਕਿ ਇਹ ਜਿਹੜਾ ਨਾ ਇਹਨਾਂ ਦੀ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਆ, ਇਹਨਾਂ ਦੀਆਂ ਮੰਗਾਂ ਦੇ ਮੁਤਾਬਕ ਜਿਹੜੀ ਇਹਨਾਂ ਸੜਕ ਦਾ ਨਿਰਮਾਣ ਹੋਣਾ ਸੀਗਾ। ਉਹ ਸੜਕ ਠੇਕੇਦਾਰ ਵੱਲੋਂ ਕੰਮ ਜਿਹੜਾ ਨਾ ਬੰਦ ਨਹੀਂ ਸੀ ਕੀਤਾ ਗਿਆ, ਉਸੇ ਤਰ੍ਹਾਂ ਜਾਰੀ ਸੀਗਾ। ਅਤੇ ਉਸ ਤੋਂ ਬਾਅਦ ਆਪਾਂ ਐਸ ਡੀ ਐਮ ਸਾਹਿਬ ਨੂੰ ਇੱਕ ਫੋਨ ਲਗਾਇਆ, ਅਸੀਂ ਕਿਹਾ ਸਰ ਕਿ ਸਾਡਾ ਜਿਹੜਾ ਤੁਹਾਨੂੰ ਮੰਗ ਪੱਤਰ ਦਿੱਤਾ ਵਾ, ਉਹ ਮੰਗ ਪੱਤਰ ਦੇਣ ਦਾ ਸਾਨੂੰ ਫਾਇਦਾ ਕੀ ਆ, ਜੇ ਤੁਹਾਡੇ ਥੱਲੇ ਈਓ ਵਾ, ਈਓ ਤੁਹਾਡੀ ਕੋਈ ਗੱਲ ਹੀ ਨਹੀਂ ਮੰਨਦਾ, ਹਾਂਜੀ ਕੰਮ ਉਸੇ ਤਰ੍ਹਾਂ ਜਾਰੀ ਆ, ਤਾਂ ਫਿਰ ਅਸੀਂ ਤੁਹਾਡੇ ਕੋਲ ਮੰਗ ਪੱਤਰ ਵਾਪਸ ਲੈ ਲੈਣੇ ਆ, ਹਾਂਜੀ ਅਤੇ ਅਸੀਂ ਫਿਰ ਖੁਦ ਫੈਸਲਾ ਕਰਾਂਗੇ ਸੜਕ ਦਾ ਨਿਰਮਾਣ ਕਿੱਦਾਂ ਕਰਾਉਣਾ। ਔਰ ਇਹ ਸਾਰੀਆਂ ਪ੍ਰਸ਼ਾਸਨ ਦੀਆਂ ਤੁਸੀਂ ਦੇਖ ਲਓ ਕਿ ਐਸ ਡੀ ਐਮ ਸਾਹਿਬ ਨੇ ਦੁਬਾਰਾ ਫੋਨ ਕੀਤਾ ਈਓ ਸਾਹਿਬ ਨੂੰ ਔਰ ਸੜਕ ਦਾ ਕੰਮ ਜਿਹੜਾ ਰੁਕ ਗਿਆ। ਅਸੀਂ ਬਾਜਵਾ ਸਾਹਿਬ ਤੋਂ ਵੀ ਮੰਗ ਕੀਤੀ ਸੀ, ਮੰਤਰੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ, ਕਿ ਬਾਜਵਾ ਸਾਹਿਬ ਨੂੰ ਇਹ ਸਾਡੇ ਨੇਤਾਂ ਦੀ ਕੋਈ ਪਰਵਾਹ ਨਹੀਂ ਹੈਗੀ, ਅੱਜ ਤੱਕ ਕੋਈ ਸਾਡੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੋਇਆ, ਨਾ ਹੀ ਪ੍ਰਸ਼ਾਸਨ ਦਾ ਆਇਆ, ਨਾ ਹੀ ਸਾਨੂੰ ਉਹਨਾਂ ਨੇ ਸਵਾਗਤ ਦਿੱਤਾ। ਕੰਮ ਜਿਹੜਾ ਨਾ ਪੂਰੀ ਤਰ੍ਹਾਂ ਠੱਪ ਪਿਆ ਵਾ, ਅਤੇ ਸਾਡਾ ਇਸ ਸੜਕ ਤੋਂ ਉੱਠਣ ਵਾਲੀ ਧੂਲ ਮਿੱਟੀ ਦੇ ਕਾਰਨ ਕੰਮ ਕਰਨਾ ਜਿਹੜਾ ਨਾ ਔਖਾ ਹੋਇਆ ਪਿਆ। ਅਸੀਂ ਇੱਕ ਦਿਨ ਇਹ ਦੀਵਾਲੀ ਤੋਂ ਬਾਅਦ, ਕਿਉਂਕਿ ਤਿਉਹਾਰਾਂ ਦੇ ਦਿਨ ਹੈ ਤੁਹਾਨੂੰ ਪਤਾ, ਆਪਾਂ ਇਹ ਦੁਕਾਨਾਂ ਬੰਦ ਕਰਕੇ ਇਹ ਮੰਤਰੀ ਸਾਹਿਬ ਦੇ ਅੱਗੇ ਜਿਹੜੀ ਨਾ ਆਪਣੀਆਂ ਚਾਬੀਆਂ ਜਿਹੜੀਆਂ ਨਾ ਆਪਾਂ ਆਪਣੇ ਦੁਕਾਨਾਂ ਦੇ ਦੇ ਲਈਆਂ, ਜਿਸ ਸਾਡੀ ਤੁਸੀਂ ਸੁਣੀ ਨਹੀਂ ਹੈਗੀ, ਸਾਡੀ ਤੁਹਾਨੂੰ ਲੋੜ ਹੀ ਨਹੀਂ ਹੈਗੀ। ਜਨਤਾ ਤਰ੍ਹਾਂ ਤਰ੍ਹਾਂ ਦੇ ਟੈਕਸ ਦੇ ਰਹੀ ਆ, ਉਸ ਤੋਂ ਬਾਵਜੂਦ ਵੀ ਜਨਤਾ ਨੂੰ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ, ਉਹ ਕਿਉਂ? ਇਹ ਮੈਂ ਉਹ ਨਾ ਆਵੇ ਕਿਸੇ ਦਿਨ ਮਜਬੂਰੀ ਦੇ ਵਿੱਚ, ਜਿਸ ਤਰ੍ਹਾਂ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਪਿਆ, ਪਬਲਿਕ ਦੀ ਗੱਲ ਨਹੀਂ ਸੁਣਦਾ ਪਿਆ, ਤਾਂ ਜਨਤਾ ਨੂੰ ਆਪ ਇੱਕ ਦਿਨ ਜਿਹੜਾ ਨਾ ਉਹਨਾਂ ਨੂੰ ਸਾਹਮਣੇ ਆਉਣਾ ਪਏਗਾ ਬੜੇ ਗਰਮ ਜੋਸ਼ੀ ਦੇ ਨਾਲ ਔਰ ਬੜੇ ਕ੍ਰੋਧ ਦੇ ਵਿੱਚ ਜਿਹੜਾ ਉਹਨਾਂ ਨੂੰ ਅੱਗੇ ਆਉਣਾ ਪਵੇਗਾ। ਅਸੀਂ ਇਸ ਕਰਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਕੈਬਨਿਟ ਮੰਤਰੀ ਹੈ, ਸਾਰਾ ਡਿਵੈਲਪਮੈਂਟ ਜਿਹੜੀਆਂ ਨੇ ਇਸ ਇਲਾਕੇ ਦੀ ਉਹਨਾਂ ਦੇ ਹੱਥ ਵਾਸਤੇ ਆ,
ਉਹ ਇਸ਼ਾਰਾ ਕਰਨਗੇ ਤਾਂ ਸਭ ਕੁਝ ਹੋ ਜਾਣਾ ਵਾ। ਅਸੀਂ ਤ੍ਰਿਪਤ ਰਜਿੰਦਰ ਸਿੰਘ ਕੋਲ ਮੰਗ ਕਰਦੇ ਹਾਂ, ਬਾਜਵਾ ਸਾਹਿਬ ਕੋਲ ਮੰਗ ਕਰਦੇ ਹਾਂ, ਇਹ ਸੜਕ ਜਿਹੜੀ ਹੈ ਨਾ ਵਿਧੀ ਪੂਰਵਕ ਔਰ ਇਹ ਜਿਹੜੀ ਵਿਦਾਊਟ ਪਲੈਨਿੰਗ ਜਿਹੜੀ ਸੜਕ ਬਣਦੀ ਜਾ ਰਹੀ ਆ ਪਲੈਨਿੰਗ ਦੇ ਨਾਲ ਬਣਾਈ ਜਾਏ, ਕਿਉਂਕਿ ਸੜਕ ਦਾ ਜਿਹੜਾ ਪਾਣੀ ਆ ਡਰੇਨ ਆ ਜਿਹੜਾ ਵਾਟਰ ਆ ਉਹਦੀ ਪਹਿਲੇ ਨਿਕਾਸੀ ਨਹੀਂ ਹੈਗੀ। ਸਾਡੀ ਸਪੇਅਰ ਪਾਰਟ ਦੀ ਦੁਕਾਨਾਂ 'ਚ ਪਾਣੀ ਜਿਹੜਾ ਨਾ ਆਪਣਾ ਘੁੱਸ ਜਾਂਦਾ ਅਤੇ ਭਾਰੀ ਨੁਕਸਾਨ ਹੁੰਦਾ। ਇਸ ਕਰਕੇ ਆਪਣਾ ਬਾਜਵਾ ਸਾਹਿਬ ਕੋਲ ਮੰਗ ਕਰਦੇ ਹਾਂ ਕਿ ਜਿਹੜੀ ਸੜਕ ਜਿਹੜੀ ਹੈ ਨਾ ਤੁਰੰਤ ਜਿਹੜਾ ਇਹਦਾ ਕੰਮ ਜਿਹੜਾ ਨਾ ਮਤਲਬ ਚਾਲੂ ਕਰਵਾਇਆ ਜਾਏ ਅਤੇ ਸਾਨੂੰ ਰਾਹ ਦਵਾਈ ਜਾਏ। ਥੈਂਕ ਯੂ ਵੈਰੀ ਮੱਚ। ਆਪ ਦੇਖ ਰਹੇ ਹੈ ਲੌਂਡ ਨਿਊਜ਼।